ਭਾਈ ਨਾ ਕਾਫੀ ਲੇਟ ਆਇਆ ਸੀ ਇਸ ਕਰਕੇ ਸਾਨੂੰ ਹੋ ਗਈ ਹੈ ਜੀ ਕਾਫੀ ਲੇਟ ਉਹ ਬਣਾਇਆ ਸੀ ਉਸ ਨਾਲ ਤਕਰੀਬਨ ਕਾਫੀ 1 ਘੰਟਾ ਪੂਰਾ ਦੀ ਲੇਟ ਹੋ ਗਈ ਜੋਰੇ ਜਾਨਾਂ ਤੋਂ ਖਜੂਰਾ ਜੋਕਰ ਬੂਟਾ ਤੋਂ ਖਜੂਰਾ ਅੱਡੀ ਵਾਲੇ ਪੁਰਾਣੇ ਕਿੱਥੇ ਤੋਂ ਖਜੂਰਾ ਅਸੀਂ ਆਏ ਹਾਂ ਜੀ ਇੱਥੇ ਸ਼ਹਿਰ ਸਭ ਤੋਂ ਪਹਿਲੇ ਨਾਸ਼ਤਾ ਉਸ ਤੋਂ ਬਾਅਦ ਬਿਊਟੀ ਪਾਰਲਰ ਜਾਣਾ ਹੈ ਚਿੱਟੀ ਚਿੱਟੀ ਦਾੜੀ ਜਿਹੜੀ ਹੈ ਨਾ ਲੁਕਾਣੀ ਅਸੀਂ ਇਹ ਕੁਰਸੀ ਪਈ ਨਹੀਂ ਅੰਦਰ ਬਹਿ ਕੇ ਖਾਣੀ ਚੱਲ ਅੰਦਰ ਹੀ ਚੱਲੋ ਚੱਲ ਅਲਹਮਦੁਲਿਲਾ ਕਰ ਲਿਆ ਅਤੇ ਹੁਣ ਚੱਲੇ ਹਾਂ ਜੀ ਹਮਾਮ 'ਤੇ ਔਰ ਬਾਈ ਮੇਰੇ ਖਿਆਲ ਆ ਕਰ ਕਿੰਨੇ ਪੈਸੇ ਹੋ ਗਏ ਮਾਸ਼ਾਅੱਲਾ ਮਜ਼ਾ ਆ ਗਿਆ ਕਿਆ ਬਾਤ ਕਿੰਨੇ ਪੈਸੇ ਕਿੰਨੇ 180 ਜਿਹੜਾ ਨਾ ਹਮਾਮ 'ਤੇ ਤਿਆਰ ਹੋਣ ਵਾਸਤੇ ਛੱਡ ਕੇ ਔਰ ਮੈਂ ਜਿਹੜਾ ਨਾ ਆਪਣੇ ਕੱਪੜੇ ਲੈਣ ਆਇਆ ਕਿਉਂਕਿ ਕੱਪੜਿਆਂ ਤੋਂ ਬਗੈਰ ਜਾ ਹੀ ਨਹੀਂ ਸਕਦੇ ਔਰ ਦੁਕਾਨ 'ਤੇ ਗਿਆ ਸੀ ਦੁਕਾਨ 'ਤੇ ਬਾਈ ਹੈਗਾ ਕੋਈ ਸੀਜ਼ਨ ਦੇ ਕੱਪੜੇ ਦੁਕਾਨ ਬੰਦ ਪਈ ਸੀ ਔਰ ਹੁਣ ਹੁੰਦੇ ਜਿਹੜਾ ਨਾ ਮੈਂ ਘਰ ਜਾ ਰਿਹਾ ਕਿ ਮੈਨੂੰ ਕੱਪੜੇ ਚੱਕਦੇ ਸੀ ਜਿਹੜਾ ਕਹਿੰਦਾ ਚੱਲੇ ਔਰ ਇਹ ਪਿੰਡ ਜਿਹੜਾ ਨਾ ਸਮਝ ਸਾਡੇ ਨਾਲ ਹੀ ਹੈ ਪਿੰਡ ਦੇ ਔਰ ਮੇਰੇ ਖਿਆਲ ਇਹ ਗਲੀ ਹੈ ਕਿ ਪਤਾ ਨਹੀਂ ਅਗਲੀ ਗਲੀ ਆ ਚਲੋ ਜੀ ਦੇਖਦੇ ਹਾਂ ਬਾਈ ਨੂੰ ਸਪੈਸ਼ਲ ਜਿਹੜਾ ਨਾ ਕੱਪੜਿਆਂ ਪਿੱਛੇ ਘਰੋਂ ਬੁਲਾ ਕੇ ਲੈ ਆਉਂਦਾ ਹੋ ਤਾਂ ਗਏ ਨੇ ਸਾਰੇ ਔਰ ਮੇਰੇ ਕੱਪੜੇ ਉਹ ਮੇਰੇ ਖਿਆਲ ਸਾਹਮਣੇ ਪੈ ਲੈ ਕੇ ਆ ਚੁੱਕੇ ਹਾਂ ਬਾਈ ਹੋਰੀ ਤਾਂ ਬਿਲਕੁਲ ਰੈਡੀ ਹੋ ਚੁੱਕੇ ਨੇ ਅਤੇ ਹੁਣ ਵਾਰੀ ਮੇਰੀ ਕਿਉਂਕਿ ਬਸ ਸ਼ੇਵ ਹੀ ਕਰਾਉਣੀ ਸ਼ੇਵ ਨਹੀਂ ਹੱਥ ਕਰਾਉਣੀ ਹੈ ਬਸ ਥੋੜ੍ਹਾ ਜਿਹਾ ਟਾਈਮ ਲੱਗੇਗਾ ਇਹ ਆ ਗਏ ਜੀ ਮੇਰੇ ਕੱਪੜੇ ਔਰ ਦੇਖਣੇ ਆ ਪਤਾ ਨਹੀਂ ਦਾਗ ਦੱਬੇ ਦੇ ਤੇ ਹੋਏ ਨਾ ਤਾਂ ਫਿਰ ਮਸਲਾ ਬਣ ਜਾਣਾ ਇਹ ਧੋਣ ਦਾ ਤਾਂ ਹੁਣ ਟਾਈਮ ਕੋਈ ਨਹੀਂ ਆ ਇਵੇਂ ਕਰਨੇ ਪੈਣਾ ਉਸ ਤੋਂ ਇਲਾਵਾ ਕਾਫੀ ਸਾਰੇ ਪੈਣ ਬਾਈ ਰਾਤ ਨੂੰ ਕਮੈਂਟ ਕਰਕੇ ਕਹਿ ਰਹੇ ਸੀ ਕਿ ਬੇਗਮ ਸਾਹਿਬਾਂ ਦੇ ਸ਼ੁਕਰ ਤੁਸੀਂ 4 ਦਿਨ ਬਾਅਦ ਦੇ ਕੱਪੜੇ ਚੇਂਜ ਕਰਾਇਆ ਸੀ ਕੱਪੜੇ ਬੇਗਮ ਸਾਹਿਬਾਂ ਕੋਲ ਹੈਗੇ ਸੀ ਵਲਾਗ ਸਾਡਾ ਉਹ ਹੈਗਾ ਸਮਝ ਕੇ 2 ਦਿਨ ਦੇ ਬਣੇ ਹੋਏ ਤੁਹਾਨੂੰ ਮਹਿਸੂਸ ਹੋ ਰਿਹਾ ਹੋਣਾ ਕਿ 4 ਦਿਨ ਜਿਹੜੇ ਹੋਏ ਨੇ ਵਲਾਗ ਬਣੇ ਹੋਏ ਸੀ ਲੇਕਿਨ ਕੱਪੜੇ ਵਗੈਰਾ ਤੁਸੀਂ ਸਮਝ ਲਓ ਕਿ ਰੋਜ਼ ਜਾਂ 1-2 ਦਿਨ ਲਾਜ਼ਮੀ ਚੇਂਜ ਕਰ ਲੈਂਦੇ ਤੁਸੀਂ ਸੋਚ ਰਹੇ ਹੋਗੇ ਕਿ ਮੇਰੇ ਕੱਪੜੇ ਸੇਮ ਹੋਈਏ ਨੇ ਅਸਲ 'ਚ ਇਹਦੇ ਹੀ ਕਲਰ ਦੇ ਮੇਰੇ ਕੋਲ 4 ਸੂਟ ਹੈਗੇ ਨੇ 4 ਔਰ ਮੈਂ ਇਹ ਹਾਲੇ ਕੱਲ੍ਹ ਪਾਏ ਨੇ ਇੱਧਰ ਵੀ ਚਾਹ ਰਹੀਆਂ ਜੀ ਤਿਆਰੀਆਂ ਤੁਰੀਆਂ ਕੱਪੜੇ ਹੋ ਰਹੇ ਨੇ ਇਸਤਰੀ ਇਸਤਰੀ ਕਰਵਾ ਕੇ ਲੈ ਕੇ ਆਏ ਸੀ ਸਾਰੇ ਖਤਮ ਹੋ ਗਏ ਤੇਲੇ ਜਨੇ ਪਾ ਕੇ ਦਿੱਤੇ ਉਹਨਾਂ ਇਸਤਰੀ ਅਗਰ ਤੁਸੀਂ ਜਿਵੇਂ ਮਰਜ਼ੀ ਕਰਕੇ ਲੈ ਕੇ ਆ ਜਾਓ ਨਾ ਜਦੋਂ ਬੈਗ 'ਚ ਪਾਈ ਦੇਣ ਤੋਂ ਫਿਰ ਵੰਜ ਪੈ ਨਹੀਂ ਨਹੀਂ ਥੈਲੀ 'ਚ ਆਉਣੇ ਸੀ ਨਾ ਫਿਰ ਇਹਨਾਂ ਖਰਾਬ ਨਹੀਂ ਹੋਣੇ ਸੀ ਉਹਨੇ ਥੈਲੀ 'ਚ ਪਾ ਕੇ ਨਹੀਂ ਦਿੱਤੇ ਹਾਂ ਚਲੋ ਅੱਛਾ ਪੈਸੇ ਉਧਰੋਂ ਦਰਜੀ ਕੋ ਕਰਵਾਏ ਸੀ ਹਾਂ ਧੋਬੀ ਤੋਂ 300 ਰੁਪਏ ਦਿੱਤੇ ਨੇ 4 ਸੂਟ ਦੇ ਦੱਸੋ ਫੇਰ ਉਹਵੇਂ ਹੋ ਗਏ ਨੇ ਸਾਰੇ ਮਾਂ 4 ਸੂਟ ਦੇ 300 ਰੁਪਏ ਹੁਣ ਫੇਰ ਇੱਥੋਂ ਨਹੀਂ ਸਾਰੇ ਕੱਪੜੇ ਇਸਤਰੀ ਕਰਕੇ ਜਾਣੇ ਜਿੱਥੇ ਰਵਾਂਗੇ ਬੈਠਾਂਗੇ ਇਸਤਰੀ ਲੈ ਕੇ ਜਾਣੇ ਹਾਂ ਇਸਤਰੀ ਨਾਲ ਲੈ ਜਾਵਾਂ ਉੱਥੇ ਹੀ ਕਰਾਂਗੇ ਤੁਸੀਂ ਬਾਈ ਜੀ ਨਾਲ ਹੋ ਤੇ ਮੈਂ ਹੁਣ ਚੱਲਿਆ ਮੈਂ ਚੱਲਿਆ ਹਲੇ ਬੇਗਮ ਸਾਹਿਬਾਂ ਦੇ ਜਾ ਕੇ ਕੱਪੜੇ ਲੈ ਕੇ ਆਣੇ ਨੇ ਤੁਸੀਂ ਕੱਪੜੇ ਲਿਆ ਤਾਂ ਮੈਂ ਬੱਚਿਆਂ ਨੂੰ ਤਿਆਰ ਕਰ ਦੇਣਾ ਬਾਬੇ ਤੂੰ ਕੱਪੜੇ ਮੈਨੂੰ ਦੇ ਕੇ ਜਾਵੇਂ ਲਾਈਵਾ ਦੇ ਮੈਂ ਤਾਂ ਕੱਲਾ ਲਾਈਵਾ ਨਹੀਂ ਮੈਂ ਕੱਲਾ ਚੱਲਿਆ ਮੈਂ ਕੱਲਾ ਹੀ ਚੱਲਿਆ ਇਹ ਇੱਥੇ ਹੀ ਕੱਪੜੇ ਲੈਣੇ ਨੇ ਉਹਨੂੰ ਵੀ ਲੈ ਕੇ ਜਾ ਨਾਲ ਮੈਂ ਹੁਣ ਕੱਲਾ ਹੀ ਚਲਾ ਜਾਵਾਂ ਲੈ ਕੇ ਜਾਣੇ ਨੇ ਬਸ ਇਹ ਹੋਵੇ ਉਹ ਨਾ ਹੋਵੇ ਕਿ ਕੱਪੜੇ ਤੇਰੇ ਆਈ ਸੀ ਸਿੱਤੇ ਹੋ ਨਾ ਹੋਏ ਨਹੀਂ ਨਹੀਂ ਇਹਨੂੰ ਲੈ ਕੇ ਜਾ ਤਾਂ ਕਿ ਦੇਖ ਕੇ ਕੱਪੜੇ ਸਹੀ ਸਿਲੇ ਨਹੀਂ ਸਿਲੇ ਤੂੰ ਤਾਂ ਵੀ ਆਮਾ ਦਾ ਕੰਮ ਕਰੋ आप भी होना तैयार मैं लेट हो जाएगी अपन लेट नहीं चलो फिर उन्होंने बल्कि देखने पूछ लें अच्छी तरीके बेगम ने मशरा करके तो फिर जो दसने बेगम शाह पूछ रही है कि कपड़े करने मैं सोच रहा कि ऐला जो सूट है ना ਇਹ ਜਿਹੜਾ ਨਾ ਤੂੰ ਕਰਕੇ ਨਹੀਂ ਕਰਨਿਆ ਦੋ ਬਾਕੀ ਜਿਹੜੇ ਨਾ ਸਪੇਅਰ ਨਾ ਰਾ ਆਹ ਤੇ ਜੁੱਤੀ ਲਈ ਹੈ ਜੁੱਤੀ ਮੇਰੇ ਕੋਲ ਕੋਈ ਨਹੀਂ ਹੁਣ ਉੱਥੋਂ ਜੁੱਤੇ ਵੀ ਲੈ ਕੇ ਆਣੀ ਹੈ ਤੇ ਕੱਪੜੇ ਵੀ ਲੈ ਕੇ ਆਣੇ ਕੋਈ ਨਹੀਂ ਹੈ ਕਿ ਮੇਰੇ ਕੋਲ ਜੁੱਤੀ ਵੀ ਕੋਈ ਨਹੀਂ ਇੱਕ ਹੈ ਤੇ ਇਹ ਵੀ ਸਮਝ ਲੈ ਟੁੱਟੀ ਹੋਈ ਹੈ ਇਹ ਬਾਤ ਹੈ ਸਿੱਧੀ ਬਾਤ ਦੂਸਰੀ ਉਹ ਵੀ ਟੁੱਟੀ ਹੋਈ ਹੈ ਸਿੱਧੀ ਬਾਤ ਕਹਤਾ ਹੂੰ ਹਮਾਰੀ ਜ਼ਿਆਦਾ ਫਿਕਰ ਹੈ ਨਾ ਮੇਰੀ ਜ਼ਿਆਦਾ ਫਿਕਰ ਇਸਕੋ ਹੋਤੀ ਹੈ ਮੈਨੂੰ ਲੱਗਦਾ ਸਾਡੀ ਜ਼ਿਆਦਾ ਫਿਕਰ ਉਹਨੂੰ ਹੁੰਦੀ ਹੈ ਵਿਚਾਰੀ ਕਹਿ ਰਹੀ ਹੈ ਤੂੰ ਜੁੱਤੀ ਤੇ ਭਾਈ ਮੈਂ ਤਾਂ ਜਦ ਵੀ ਜਾਤੀ ਨਾ ਬਾਜ਼ਾਰ 2-3 ਸੂਟ ਲੈ ਕੇ ਦਰਜ਼ੀ ਨੂੰ ਦੇ ਕੇ ਆ ਗਈ ਅੱਛੇ ਇੱਕ ਤਾਂ ਰਹਿ ਜਾਂਦੇ ਮੈਂ ਨਹੀਂ ਮੰਨਦੀ ਇਹਨਗੇ ਐ ਮੈਨੂੰ ਇਹਨੇ ਸਮਝ ਕੇ ਜ਼ਬਰਦਸਤੀ ਲੈ ਕੇ ਦਿੱਤੇ ਮੈਂ ਵੀ ਕੋਈ ਨਹੀਂ ਲਾਇਆ ਤੁਸੀਂ ਜੁੱਤੀ ਵੀ ਉਸਨੇ ਯਾਦ ਕੀ ਹੋਈ ਹੈ ਨਾ ਜੁੱਤੀ ਤੂੰ ਲੈਣੀ ਜੁੱਤੀ ਕਿ ਮੈਂ ਤਾਂ ਲੈ ਕੇ ਆਇਆ ਇਹ ਲੈ ਕੇ ਆਈਏ ਮੈਨੂੰ ਤਾਂ ਪਤਾ ਹੀ ਨਹੀਂ ਲੈ ਕੇ ਆਈਏ ਜੁੱਤੀ ਨੂੰ ਪਤਾ ਹੀ ਨਹੀਂ ਅਸਲ ਤੇ ਮੈਂ ਸ਼ਾਪਿੰਗ ਵਗੈਰਾ ਮੈਂ ਕਰਨਾ ਨਾ ਬੇਗਮ ਸਾਹਿਬਾ ਨਹੀਂ ਕਰਦੀ ਇਹਦੇ ਕੱਪੜੇ ਸਮਝ ਕੇ ਮੈਂ ਲੈ ਕੇ ਆਉਂਦਾ ਯਾਦ ਤੇ ਤੈਨੂੰ ਦਵਾ ਦਿੰਦੀ ਹਾਂ ਯਾਦ ਕਰਾ ਦਿੰਦੀ ਯਾਦ ਅਗਰ ਯਾਦ ਨਾ ਕਰਾਂਦੀ ਤੇ ਮੈਨੂੰ ਨਾ ਲਾਹੌਰ ਯਾਦ ਆਉਣਾ ਸੀ ਕਿ ਮੈਂ ਜੁੱਤੀ ਕੇ ਚੱਲਿਆ ਮੈਂ ਵੀ ਇਹਦੇ ਨਾਲ ਤੇ ਚੱਲਿਆ ਲਾਹੌਰ ਨਾ ਲਿਆ ਉਹਨੇ ਵੈਸੇ ਤਾਂ ਨਾਇਆ ਕੋਈ ਨਹੀਂ ਕੱਪੜੇ ਵਾਪਸੀ ਆ ਕੇ ਚੇਂਜ ਕਰਾਂਗਾ ਜਲਦੀ ਜਾਣਾ ਜੋਰੇ ਜਾਣਾ ਤੋਂ ਖਜੂਰਾ ਜੋਕਰ ਬੂਟਾ ਤੋਂ ਖਜੂਰਾ ਅੱਡੀ ਵਾਲੇ ਪੁਰਾਣੇ ਕਿੱਥੇ ਤੋਂ ਖਜੂਰਾ ਕਮ ਸੇ ਕਮ ਤੇ ਕੱਪੜੇ ਤਾਂ ਲੈ ਲਏ ਸੀ ਲੇਕਿਨ ਉਸ ਤੋਂ ਬਾਅਦ ਪੈਸਾ ਦੀ ਲੋੜ ਪਈ ਮੈਂ ਕਿਹਾ ਪੈਸੇ ਲੈ ਲਈਏ ਕਿਉਂਕਿ ਅਸੀਂ ਕੋ ਕਮਰਾ ਵਗੈਰਾ ਹੀ ਬੁੱਕ ਕਰਾਇਆ ਉੱਥੇ ਲਾਹੌਰ 'ਚ ਅਤੇ ਪੈਸਿਆਂ ਦੀ ਜ਼ਰੂਰਤ ਪਾਉਣੀ ਹੈ ਕੋਈ 2-3 ਰਹਿਣ ਦਾ ਪ੍ਰੋਗਰਾਮ ਹੈ ਅਤੇ ਜਗ੍ਹਾ ਜਗ੍ਹਾ ਬੁਕਟਾਨ ਤੋਂ ਬਿਹਤਰ ਹੋਣਾ ਜਿਹੜਾ ਸਾਰੇ ਲੈ ਲੈਣੇ ਔਰ ਇਹ ਆ ਗਏ ਜੀ ਸਾਡੇ ਪੈਸੇ
मैं घर वापस आ चुकिया और इन्हों के बच्चों के काम देखो की करते करते हैं। और बेगम साहबां दे तुहानूं दस्सिया सी कुछ सूट आ गए ने लेकिन कुछ सिलाई जिहड़े नहीं हो के आए ते बार फिर गुजारा हो जाएगा। असल पार्टी वाला जो सूट बेगम साहबां दा ए हैगा पार्टी वाले दिन जो है ना पावेगी। और स्पैशल फस्ट टाइम बेगम साहबां ने शौक ने जिन्हें फ्राक सिलाई कराई है। हाँ जी ते बाकी भाईजान हुण तुसीं तैयार हो गए की ख्याल है तुहाडा? आप इंज करने गिफ्ट 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 पैक करा के लैने और उस अलावा कोई होर काम है तो पूछ लो कुछ समान लेना ये वो अपना। नाश्ता सारे ने कर लिया? सारे ने। और असं तो बहरों जी डैगन तुम वेखा होना नाश्ता सुबह सुबह ही कर लिया। चलो जी हुण तुसीं भी बच्चों तैयार कर लो। मैं इस करके घर छड़ के गया लैके नहीं गया कि यह बच्चों तैयार कर लेगी खुद तैयार हो जाएगी लेकिन यह ताले उवें दी उवें ही जड़न फिर नहीं नहीं कोई नहीं आराम आराम सुकून हाले घंटा डेढ़ पिया साड़ी दिल है कि इन्हें सिस्टम असं वादा किया कि 11 बजे इतों घरों आराम सुकून निकल जावे अस चौंक के तन जो मिलेंगे तो लेकिन वेखने 11 बजे तक असं अपना वादा पूरा कर सकते हैं कि नहीं। और भैया मंदोर की गड्डी जी ना सामने गराज है जी रोकी हुई है। अज मैं इस करके बनाया कि जिंदगी मैं कद गई तो रोकने जगह तो जी होनी चाहिए है गराज के अगले साइड से फ्रंट डोर बनाई आ गेट तो कि साइड से मतलब एक नवा गेट लाई आ जो घर इंटर वगैरह होंगे लेकिन ये लम्बे चौड़े शेख चिल्ली वाले ख्वाब ने अल्लाह पाक पूरे करेगा इंशाल्लाह जरूर। और मैं उपर इस करके चढ़िया और सामने सूरज है माशाल्लाह मौसम बड़ा ही जबरदस्त सुबह सुबह बनया हुआ ना ही गर्मी ना सर्दी है हवा चली हुई है माशाल्लाह इसलिए तो नज़र आ रहे हो पौधे वगैरह काफ़ी ज़्यादा बेहतरीन जड़ा ना मौसम बनया हुआ मैं दे सफ़र करने का मज़ा आएगा। अगर बारिश हो जाए तो क्या ही बात है असं गड्डी होना परेशानी वाली गल कोई नहीं मोटरसाइकिल तो होना कोई नहीं पहले असं दिल बना रहे कि मोटरसाइकिल तो जो मैं जामा बेगम साहब रल के जी समान इन्हों की गड्डी रख दें तो खुद नाल मोटरसाइकिल चलने फिर असं सोचा काफ़ी लंबा सफ़र थक जावे और मौसम कुछ इस तरह का बदल वगैरह बने हुए माशाल्लाह। और मेरे ख्याल मेरा इंतजार कर रहा भाई अहमद थले क्योंकि गिफ्ट वगैरह रह गए साढ़े खाली तो बाकी वापसी तो आके ना आके मैं भी हले कपड़े वगैरह चेंज करने ना और भाई अहमद भाई सब तू एंड तैयारी के साढ़े रह गए जी गिफ्ट है सारे बाहर कढ़ लेने और भाई और भी चक लेने अपने सारे एक ही पैक करावे अलग अलग करने चलो ठीक हो इतने शहर दुकान पर जी पहुंचे हैं तो लेकिन भाई जरा कोई नहीं बैठा मेरे ख्याल घर गया हो अक्सर मैं इस दुकान पर ही आता हूं गिफ्ट वगैरह जरा ना पैक कराव और जी दुल्हन का जो समान पे है गाने वगैरह ट्रेडिशनल काफ़ी अच्छे अच्छे डिजाइन के पाए और गिफ्ट वगैरह रखे हुए हैं छोटे मोटे शादी तो किसी ने देने होवे चूड़ियाँ पैक करा करानियाँ होवन और ए दुल्हन के पे ने कूले वगैरह है देखो भाई ना काफ़ी लेट आया इस करके सानू हो गई है जी काफ़ी लेट और गिफ्ट साढ़े जी पैक हुए पे ने कुछ वो हो गए ने कुछ ए हो गए ने और बेगम साहबा भी तैयार हो गई जी ब्लैक ब्लैक हुई भी है जी ब्लैक ब्लैक और भाई जानवर आंदे ला के आके ना पहले लिया सी सुबह ही और हम कपड़े चेंज किए ने बाकी जी खाली मेरे कपड़े रह गए चेंज करने बल्कि नाना भी है कपड़े भी चेंज करने और आया है पंजी के और मुकम्मल तैयारी हो गई है सिर्फ मेरा इंतजार है मैं कर ला गया जुत्ती पालिश कर दिते और मेरे कपड़े चलने चल के नहाने।